ਅੱਗੇ ਤੇ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਹ ਇਲਜ਼ਾਮ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਲਾਇਆ ਹੈ। ਚੰਡੀਗੜ੍ਹ ਤੋਂ ਨਿੱਜੀ ਟੀਵੀ ਚੈਨਲ ਚਲਾ ਰਹੇ ਲਾਭ ਸਿੰਘ ਆਹਲੂਵਾਲੀਆ ਖਿਲਾਫ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਅਤੇ ਕੁਝ ਹੋਰ ਪੀੜਤਾਂ ਨੇ ਠੱਗੀ ਅਤੇ ਬਲੈਕਮੇਲਿੰਗ ਦੇ ਇਲਜ਼ਾਮ ਲਾਏ ਨੇ। ਪੀੜਤਾਂ ਨੇ ਆਪਣੇ ਨਾਲ ਹੋਈਆਂ ਠੱਗੀਆਂ ਦੀ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਇਹਨਾਂ ਦੇ ਟੀਵੀ ਚੈਨਲ ਉੱਤੇ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਦੇ ਟੀਵੀ 24 ਦੇ ਮਾਲਕ ਲਾਭ ਸਿੰਘ ਆਹਲੂਵਾਲੀਆ, ਉਹਦਾ ਬੇਟਾ ਇਕਬਾਲ ਸਿੰਘ ਆਹਲੂਵਾਲੀਆ, ਗੁਰਪ੍ਰੀਤ ਸਿੰਘ ਆਹਲੂਵਾਲੀਆ ਅਤੇ ਇਹਨਾਂ ਦੀ ਬੇਟੀ, ਇਹ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਆ, ਜੁਡੀਸ਼ਰੀ ਦਾ ਦਿੰਦੇ ਆ, ਪ੍ਰੈਸ ਦਾ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਭੇਜਾਂਗੇ, ਅਨਭੋਰ ਬੰਦੇ ਪੰਜਾਬ ਦੇ ਬੱਚਿਆਂ ਨੂੰ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਐ ਬਾਹਰ ਜਾਈਏ ਪੈਸਾ ਕਮਾਈਏ, ਜਿਸ ਤਰ੍ਹਾਂ ਗੌਰਵ ਜੀ ਸਾਡੇ ਕੋਲ ਬੈਠੇ ਆ ਇਹਨਾਂ ਨੂੰ ਬਾਹਰ ਜਾਣ ਦੇ ਲਏ, ਇਸ ਤਰ੍ਹਾਂ ਹੀ ਬਹੁਤ ਸਾਰੇ ਬੰਦੇ ਆ ਜਿਹਨਾਂ ਨੂੰ ਪਰਚਾਈ ਦੇਣ ਦੇ ਬਾਰੇ ਲੱਖਾਂ ਕਰੋੜਾਂ ਰੁਪਏ ਲੈ ਜਾਂਦੇ, ਜਿਹੜੇ ਅੱਜ ਪਹੁੰਚ ਨਹੀਂ ਸਕੇ ਬਾਂਬੇ ਤੋਂ ਹੈ ਇਸ ਤਰ੍ਹਾਂ ਜਿਹੜੇ ਕਿ ਸਾਨੂੰ ਆ ਕੇ ਮਿਲੇ ਕਿ ਸਾਡੀ ਮਦਦ ਕਰੋ, ਸਾਨੂੰ ਇਹ ਡਰਾਉਂਦੇ ਆ ਧਮਕਾਉਂਦੇ ਆ ਤੁਹਾਡੇ ਪਰਚੇ ਦਰਜ ਕਰਾ ਦਿਆਂਗੇ, ਇਹ ਨੂੰ ਨੱਥ ਪਾਉਣੀ ਚਾਹੀਦੀ ਹੈ। ਚੰਡੀਗੜ੍ਹ ਇੱਕ ਪੜ੍ਹਿਆ ਲਿਖਿਆ ਸ਼ਹਿਰ ਹੈ, ਤਿੰਨਾਂ ਸਟੇਟਾਂ ਦੀ ਰਾਜਧਾਨੀ ਹੈ, ਜੇ ਇੱਥੇ ਬੈਠੇ ਇਹੋ ਜਿਹਾ ਕੰਮ ਇੱਕ ਮੀਡੀਆ ਵਿੱਚ, ਮੀਡੀਆ ਨੂੰ ਬਹੁਤ ਕਲੰਕ ਆਇਆ ਮੈਂ ਤਾਂ ਕਹਿੰਦਾ, ਮੀਡੀਆ ਨੇ ਮਜ਼ਲੂਮਾਂ ਦੀ ਰਾਖੀ ਕਰਨੀ ਹੈ, ਕੌਮ ਨੂੰ ਚੰਗੀ ਰਾਹ ਦੇਣੀ ਹੈ ਕੋਈ ਵੀ ਜਿਹੜੀ ਉਸ 'ਤੇ, ਅਤੇ ਜੇ ਇਹੋ ਜਿਹੇ ਬੰਦੇ ਇਸ ਤਰ੍ਹਾਂ ਬਲੈਕਮੇਲ ਕਰਨਗੇ ਤਾਂ ਬਹੁਤ ਹੀ ਅਨੇਰ ਦੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਇਹਦੀ CBI ਇਨਕੁਆਇਰੀ ਹੋਵੇ, ਕਿਉਂਕਿ ਆਮ ਥਾਣੇ ਵਾਲੇ ਡਰ ਕੇ ਹੱਥ ਨਹੀਂ ਪਾਉਂਦੇ ਪ੍ਰੈਸ ਨੂੰ, CBI ਤੋਂ ਜਾਂ ED ਤੋਂ ਇਨਕੁਆਇਰੀ ਹੋਵੇ ਤਾਂ ਕਿ ਇਹਦਾ ਸੱਚੋ ਸੱਚ ਨਿਬੜੇ ਅਤੇ ਇਹਨਾਂ ਦਾ ਚੈਨਲ ਬੰਦ ਹੋਵੇ, ਕਿਉਂਕਿ ਚੈਨਲ ਨੂੰ ਮਿਸਯੂਜ਼ ਕਰਕੇ ਲੋਕਾਂ ਨੂੰ ਬਲੈਕਮੇਲ ਕਰਦੇ ਆ। ਸਿੱਧੂ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਹੋਈ ਕਥਿਤ ਠੱਗੀ ਦੇ ਦਰਜ ਕਰਵਾ ਕੇ ਕੇਸ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਆਹਲੂਵਾਲੀਆ ਨੇ ਆਪਣੇ ਮੁਲਾਜ਼ਮ ਤੋਂ ਦਿੱਲੀ ਅਤੇ ਮੋਹਾਲੀ ਦੇ ਵਿੱਚ ਉਹਨਾਂ ਵਿਰੁੱਧ ਕਬੂਤਰਬਾਜ਼ੀ ਦੀ ਝੂਠੀ ਸ਼ਿਕਾਇਤ ਵੀ ਕੀਤੀ ਹੈ। ਗੁਰਨਾਮ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ TV24 ਦੇ ਮਾਲਕ ਲਾਭ ਸਿੰਘ ਆਹਲੂਵਾਲੀਆ, ਉਹਨਾਂ ਦੇ ਪੁੱਤਰ ਇਕਬਾਲ ਸਿੰਘ ਆਹਲੂਵਾਲੀਆ ਅਤੇ ਗੁਰਪ੍ਰੀਤ ਸਿੰਘ ਆਹਲੂਵਾਲੀਆ ਮੀਡੀਆ ਦਾ ਜੰਮ ਕੇ ਦੁਰਉਪਯੋਗ ਕਰਦੇ ਨੇ, ਜਦਕਿ ਇੰਦਰਜੀਤ ਸਿੰਘ ਬੇਦੀ ਨੇ ਉਸ ਤੋਂ ਫਰੈਂਚਾਈਜ਼ੀ ਖਰੀਦਣ ਦੇ ਨਾਂ ਤੇ ਕਥਿਤ ਤੌਰ ਤੇ 35 ਲੱਖ ਰੁਪਏ ਠੱਗਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਬਾਰੇ ਅਦਾਲਤ ਦੇ ਮਾਧਿਅਮ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਤੋਂ ਗੌਰਵ ਗੁਪਤਾ ਨੇ ਵੀ ਰਿਪੋਰਟ ਦੇ ਤੌਰ ਤੇ ਵਿਦੇਸ਼ ਭੇਜਣ ਦੇ ਨਾਮ ਉੱਤੇ ਉਸ ਕੋਲੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕਾਫੀ ਲੋਕ ਮੇਰੇ ਨਹੀਂ, ਕਾਫੀ ਲੋਕੋ ਕੇ ਸਾਥ ਧੋਖਾ ਹੋਇਆ ਹੈ, ਤੋ ਮੈਂ ਹਮ ਲੋਕ ਇਨ ਲੋਕੋ ਸੇ ਕੰਟੈਕਟ